ਸਾਹਿਬ ਜੀਓ। ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾ, ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰ ਰਾਏ ਨਮੋ ਕਰ ਜੋ, ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸੁਨ ਕੈ ਪੁਨ ਕਾਨਾ ਪਨ ਬੈਨਨ ਬਰਖ ਪੰਚ ਸੈ ਉਮਰ ਵਿਸਾਲ ਬਿਘਨ ਅਨੇਕ ਸਮੀਪ ਨ ਆਵਹਿ ਜੋਗ ਅਭਿਆਸ ਕਰੋ ਸਭ ਕਾਲ ਸੁਨ ਕੈ ਪੁਨ ਕਾਨਾ ਪਨ ਬੈਨਨ ਬਰਖ ਪੰਚ ਸੈ ਉਮਰ ਵਿਸਾਲ ਪਦਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸਵਾਇਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਗਰੀਬ ਨਵਾਜ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਣ ਗਾ ਕੇ ਆਪਣੀ ਇਸ ਰਸਨਾ ਨੂੰ ਸਰੀਰ ਨੂੰ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ। ਇੱਕ ਵਾਰੀ ਸਾਰੀਆਂ ਸੰਗਤਾਂ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੀ ਸਿਫਤ ਵਿੱਚ ਗੁਰਬਾਣੀ ਅੰਦਰ ਅੰਕਿਤ ਕੀਤਾ ਹੈ ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਫੁਨ ਵੇਦ ਬ੍ਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜੁਨ ਮਾਹੇ ਧਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਉਹ ਉੱਚੀ ਹਸਤੀ ਨੇ ਉਸ ਅਵਸਥਾ ਨੂੰ ਪਹੁੰਚੇ ਹੋਏ ਨੇ ਜਿਸ ਅਵਸਥਾ ਦਾ ਅੰਤ ਵੱਡੇ ਵੱਡੇ ਰਿਖੀ ਮੁਨੀ ਔਰ ਸਭ ਤੋਂ ਵੱਡੇ ਯੋਗੀ ਮਹਾਸ਼ਿਵ ਭਗਵਾਨ ਸ਼ਿਵ ਵਰਗੇ ਉਹ ਵੀ ਜਿਸ ਅਵਸਥਾ ਦਾ ਅੰਤ ਨਹੀਂ ਪਾ ਸਕੇ ਹਨ ਐਸੀ ਉੱਚ ਪਦਵੀ ਅਵਸਥਾ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਬਿਰਾਜਮਾਨ ਨੇ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਲੀਡ ਰਹਿੰਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਹੜਾ ਵੀ ਸੰਗਤ ਵਿੱਚ ਆਣ ਕੇ ਬੈਠੇਗਾ ਉਹ ਇਸ ਘਰ ਤੋਂ ਗੁਰੂ ਸਾਹਿਬ ਤੋਂ ਨਿਹਾਲ ਹੋਵੇਗਾ ਵਰਸਾਇਆ ਜਾਵੇਗਾ। ਐਸੀਆਂ ਬਖਸ਼ਿਸ਼ਾਂ ਦੇਣ ਵਾਸਤੇ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਵਿੱਚ ਟਿਕਾਈ। ਐਸੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਡਾ ਭਲਾ ਕਰਨ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਕਰਵਾ ਰਹੇ ਹਨ।
ਆਪਣੀ ਬਾਣੀ ਲਿਖਾਉਣ ਵਾਸਤੇ ਆਪ ਜੀ ਨੇ ਪਿਛਲੇ ਦੀਵਾਨ ਵਿੱਚ ਸ਼ਰਵਣ ਕੀਤਾ ਸੀ ਭਈ ਭਗਤ ਕਾਨਾ ਜੀ ਲਾਹੌਰ ਦੇ ਰਹਿਣ ਵਾਲੇ ਉਹ ਤਿੰਨਾਂ ਭਗਤਾਂ ਦੇ ਸਮੇਤ ਚਾਰ ਜਾਣਿਆਂ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਆਏ ਸਨ। ਉਹਨਾਂ ਦੀ ਹੰਕਾਰ ਵਾਲੀ ਬਾਣੀ ਦੇਖ ਕੇ ਸਤਿਗੁਰੂ ਜੀ ਨੇ ਚੜ੍ਹਾਉਣ ਤੋਂ ਇਨਕਾਰ ਕੀਤਾ ਸੀ ਤਾਂ ਉਹਨਾਂ ਨੇ ਚੰਦੂ ਜਿਹੜਾ ਸੀ ਉਹਨਾਂ ਦੇ ਚਾਚੇ ਦੇ ਪੁੱਤ ਭਰਾ ਚੰਦੂ ਲੱਗਦਾ ਸੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਸਰਕਾਰ ਨੇ ਜੋ ਵਰਤੀਰਾ ਕਰਨਾ ਸੀ ਉਹਨੇ ਆਪਣਾ ਮਾਣ ਵਧਾਉਣ ਵਾਸਤੇ ਇਹ ਗੱਲ ਸੰਗਤ 'ਚ ਪ੍ਰਗਟ ਕਹੀ ਸੀ ਵੀ ਤੁਹਾਨੂੰ ਬੜਾ ਦੁੱਖ ਦੇ ਕੇ ਮਾਰਿਆ ਜਾਵੇਗਾ, ਮਰਨਾ ਪਵੇਗਾ ਤੁਹਾਨੂੰ। ਸਤਿਗੁਰੂ ਜੀ ਨੇ ਉਹਦੇ ਇਹੋ ਜਿਹੇ ਬਚਨ ਸੁਣ ਕੇ ਨਿਮਰਤਾ ਧਾਰਨ ਕਰਕੇ ਰੱਖੀ, ਪਰ ਜਦੋਂ ਉਹ ਭਗਤਾਂ ਦੀ ਨਿੰਦਿਆ ਕਰਨ ਲੱਗਾ, ਭਗਤ ਕਬੀਰ ਸਾਹਿਬ ਜੀ ਮਹਾਰਾਜ, ਭਗਤ ਰਵਿਦਾਸ ਜੀ ਮਹਾਰਾਜ ਦੀ ਨਿੰਦਿਆ ਕਰਨ ਲੱਗਾ ਤਾਂ ਸਤਿਗੁਰੂ ਜੀ ਨੇ ਫਿਰ ਇਹਦਾ ਪਖੰਡ ਜਿਹੜਾ ਹੈ ਇਹ ਕੱਟਣ ਵਾਸਤੇ, ਸੰਗਤ ਨੂੰ ਗਿਆਨ ਕਰਾਉਣ ਵਾਸਤੇ ਇਹ ਬਚਨ ਕੀਤੇ ਸੀ ਕਿ ਕਾਨਾ ਜੀ ਅਸੀਂ ਤੇ ਜਿੱਦਾਂ ਸਰੀਰ ਛੱਡਣਾ ਹੈ, ਵਾਹਿਗੁਰੂ ਦਾ ਭਾਣਾ ਹੈ ਜਿਹਨੂੰ ਕੋਈ ਮੇਟ ਨਹੀਂ ਸਕਦਾ, ਪਰ ਤੁਹਾਨੂੰ ਜੇ ਇੰਨੀ ਅੰਤਰਯਾਮਤਾ ਹੈ, ਆਉਣ ਵਾਲੇ ਸਮੇਂ ਦਾ ਇੰਨਾ ਗਿਆਨ ਹੈ ਤਾਂ ਤੁਹਾਡੀ ਮੌਤ ਜਿਹੜੀ ਹੈ ਇੱਥੋਂ ਵਾਪਸ ਮੁੜ ਲੱਗਿਆਂ ਲਾਹੌਰ ਜਾਣ ਤੋਂ ਪਹਿਲਾਂ ਪਹਿਲਾਂ ਰਾਹ 'ਚ ਆਉਣੀ ਹੈ। ਜੇ ਤੁਸੀਂ ਡੱਕ ਸਕਦੇ ਤਾਂ ਆਪਣੀ ਸ਼ਕਤੀ ਨਾ ਡੱਕੋ, ਆਪਣੀ ਕਰਾਮਾਤ ਨਾ ਰੋਕ ਸਕਦੇ ਤਾਂ ਰੋਕੋ। ਇਹ ਗੱਲ ਸੁਣ ਕੇ ਨਿਮਰਤਾ ਵਿੱਚ ਆਣ ਕੇ ਮਾਫ਼ੀ ਮੰਗਣੀ ਚਾਹੀਦੀ ਸੀ, ਕਿਉਂ ਸੰਗਤ ਵਿੱਚ ਜਿਹੜਾ ਉੱਚਾ ਬੋਲ ਬੋਲਣਾ ਉਹਦਾ ਲੇਖਾ ਫਿਰ ਪਰਮੇਸ਼ਰ ਪਾਸ ਦੇਣਾ ਪੈਂਦਾ ਹੈ ਬੋਲਣ ਵਾਲੇ, ਤਾਂ ਇਸ ਕਰਕੇ। ਪਰ ਹੰਕਾਰ ਜਿਹੜਾ ਹੈ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਇੱਕ ਜਗ੍ਹਾ ਲਿਖਦੇ ਨੇ ਵੀ ਇਹ ਜਿਹੜਾ ਹੰਕਾਰ ਹੈ ਇਹ ਪਾਪ ਦਾ ਮੂਲ ਹੈ, ਇਹਦੇ ਵਿੱਚੋਂ ਹੋਂਦ ਦੇ ਵਿੱਚੋਂ ਹੀ ਪਾਪ ਜਿਹੜਾ ਹੈ ਉਹ ਅੰਕੁਰਿਤ ਹੁੰਦਾ ਹੈ, ਪੈਦਾ ਹੁੰਦਾ, ਜਿੱਥੇ ਹੋਂਦ ਹੀ ਉੱਥੇ ਪਾਪ ਸ਼ੁਰੂ ਹੁੰਦਾ ਹੈ। ਤਾਂ ਇਸ ਹੰਕਾਰ ਦੇ ਵਿੱਚ ਫਿਰ ਇਹਨੇ ਸਤਿਗੁਰੂ ਜੀ ਅੱਗੇ ਨਿਮਰਤਾ ਦੇ ਨਾਲ ਮਾਫ਼ੀ ਨਹੀਂ ਸੀ ਮੰਗੀ। ਤਾਂ ਉਸ ਸਮੇਂ ਹੰਕਾਰ ਦੇ ਵਿੱਚ ਜਿਹੜੇ ਭਗਤ ਕਾਨਾ ਜੀ ਨੇ ਬਚਨ ਕੀਤੇ ਹਨ ਉਹ ਇੱਥੇ ਮਹਾਂਕਵੀ ਚੂੜਾਮਣੀ ਜੀ ਭਾਈ ਸੰਤੋਖ ਸਿੰਘ ਜੀ ਬੜੇ ਪ੍ਰੇਮ ਨਾਲ ਲਿਖ ਕੇ ਸੰਗਤ ਨੂੰ ਗਿਆਨ ਕਰਵਾਉਂਦੇ ਨੇ। ਆਓ ਇਹਨਾਂ ਦੀ ਵਿਚਾਰ ਕਰੀਏ, ਸਾਰੀਏ ਸੰਗਤ ਰਲ ਕੇ ਕਿਰਪਾ ਕਰੋ। ਤਾਂ ਭਾਈ ਸਾਹਿਬ ਜੀ ਫਰਮਾਉਂਦੇ ਹਨ, ਸੁਨ ਕੈ ਪੁਨ ਕਾਨਾ ਪਨ ਬੈਨਨ ਬਰਖ ਪੰਚ ਸੈ ਉਮਰ ਵਿਸਾਲ। ਕਿੱਡਾ ਉੱਚਾ ਬੋਲ ਬੋਲਿਆ ਹੰਕਾਰ ਵਿੱਚ, ਇੱਥੇ ਇੱਕ ਘੜੀ ਦੀ ਗਰੰਟੀ ਨਹੀਂ ਕਿਸੇ ਦੀ। ਕਾਨਾ ਜੀ ਕਹਿਣ ਲੱਗੇ ਤੁਸੀਂ ਮੇਰੇ ਮਰਨ ਦੀ ਗੱਲ ਕਰਦੇ ਹੋ, ਮੈਂ ਤਾਂ 500 ਸਾਲ ਵੱਡੀ ਉਮਰ ਭੋਗਣੀ ਹੈ,
ਮੈਂ 500 ਸਾਲ ਸਰੀਰ ਨਹੀਂ ਛੱਡਣਾ। ਕਿਹਦੇ ਕਰਕੇ ਸਰੀਰ ਨਹੀਂ ਛੱਡਣਾ ਦੱਸਦੇ ਹਨ? ਵਿਘਨ ਅਨੇਕ ਸਮੀਪ ਨ ਆਵੇ, ਜੋਗ ਅਭਿਆਸ ਕਰੋ ਸਭ ਕਾਲ। ਜਿਹੜੇ ਵਿਘਨ ਨੇ, ਬਿਮਾਰੀ ਕਰਕੇ ਸਰੀਰ ਛੁੱਟਦਾ ਹੈ, ਜਾਂ ਰੋਗ ਸੋਗ ਜਾਂ ਆਦਿ ਵਿਆਧੀ ਉਪਾਧੀ, ਤਿੰਨ ਕਾਰਨ ਬਣਦੇ ਨੇ ਮੌਤ ਦੇ। ਇਹ ਤਿੰਨੇ ਹੀ ਮੇਰੇ ਨੇੜੇ ਨਹੀਂ ਆ ਸਕਦੇ। ਕਿਉਂ ਨਹੀਂ ਆ ਸਕਦੇ? ਕਿਉਂਕਿ ਮੈਂ ਯੋਗ ਅਭਿਆਸ ਕਰਦਾ। ਯੋਗੀਆਂ ਵਾਂਗ ਆਪਣੇ ਸਵਾਸ ਜਿਹੜੇ ਨੇ ਇਹ ਦਸਮ ਦੁਆਰ ਦੇ ਵਿੱਚ ਚੜ੍ਹਾ ਲਈਦਾ ਹਾਂ, ਇਸ ਕਰਕੇ ਮੇਰੇ ਉੱਪਰ ਇਹਨਾਂ ਦਾ ਅਸਰ ਨਹੀਂ ਪੈਣਾ, ਦੁੱਖਾਂ ਦਾ, ਰੋਗਾਂ ਸ਼ੋਗਾਂ ਬਿਮਾਰੀਆਂ ਦਾ। ਕਾਲ ਜਾਲ ਜੈ ਪੋਏ ਨਾ ਸਕੈ, ਆਸ ਮਠ ਮੈਂ ਵਾਸੋ ਨਿਸਚਾਲ। ਤੇ ਮੇਰਾ ਨਿਵਾਸ ਇਹੋ ਜੇ ਮੱਠ ਵਿੱਚ ਹੈ, ਮੱਠ ਦਾ ਅਰਥ ਜੇ ਆਪਾਂ ਸਰੀਰ ਕਰਾਂਗੇ ਤਾਂ ਫਿਰ ਸਰੀਰ ਤੇ ਰੋਗ ਸ਼ੋਗ ਦਾ ਅਸਰ ਪੈਂਦਾ ਹੈ। ਮੱਠ ਦਾ ਅਰਥ ਜੇ ਇੱਥੇ ਦਸਮ ਦੁਆਰ ਕਰ ਲਈਏ ਤੇ ਜ਼ਿਆਦਾ ਵਧੀਆ ਲੱਗੇਗਾ। ਦਸਮ ਦੁਆਰ ਰੂਪੀ ਮੱਠ ਦੇ ਵਿੱਚ ਮੇਰਾ ਨਿਵਾਸ ਹੈ, ਇਸ ਕਰਕੇ ਕਾਲ ਦਾ, ਮੌਤ ਦਾ ਜਿਹੜਾ ਜਾਲ ਹੈ ਇਹ ਮੇਰੇ ਤੇ ਪੈ ਨਹੀਂ ਸਕਦਾ, ਮੌਤ ਦੀ ਪਕੜ ਚ ਨਹੀਂ ਮੈਂ ਆ ਸਕਦਾ। ਦਸਮ ਦੁਆਰ ਰੂਪੀ ਮੱਠ ਦੇ ਵਿੱਚ ਮੈਂ ਟਿਕਿਆ ਰਹਿੰਦਾ ਹਾਂ। ਇੱਦਾਂ ਜਿਹੜੇ ਯੋਗਾ ਅਭਿਆਸੀ ਹਨ ਉਹ ਸਾਧ ਸੰਗਤ ਜੀ ਆਪਣੇ ਸਵਾਸ ਚੜ੍ਹਾ ਲੈਂਦੇ ਨੇ। ਇਸੇ ਤਰ੍ਹਾਂ ਇੱਕ ਵਾਰੀ ਮਹਾਂਪੁਰਖਾਂ ਦੇ ਕੋਲ ਵੀ ਇੱਦਾਂ ਦਾ ਧਰਮੀ ਬੰਦਾ ਸੀ, ਅਭਿਆਸੀ, ਉਹ ਦਸਮ ਦੁਆਰ ਦੇ ਵਿੱਚ ਸਵਾਸ ਚੜ੍ਹਾ ਲੈਂਦਾ ਸੀ ਆਪਣੇ। ਇੱਕ ਵਾਰੀ ਡਾਕਟਰ ਸਾਹਿਬ ਆਏ ਤਾਂ ਡਾਕਟਰ ਸਾਹਿਬ ਨੂੰ ਆਖਿਆ, ਜੀ ਆਓ ਤੁਹਾਨੂੰ ਕੁਝ ਵੱਖਰੀ ਚੀਜ਼ ਵਿਖਾਈਏ, ਵੀ ਨਬਜ ਨਾ ਚੱਲੇ ਤੇ ਇਹ ਨਿਸ਼ਾਨੀ ਕੀ ਆ? ਡਾਕਟਰ ਸਾਹਿਬ ਕਹਿੰਦੇ, ਜੀ ਸਰੀਰਕ ਮੌਤ, ਸਵਾਸ ਨਾ ਆਉਣ, ਇਹ ਨਿਸ਼ਾਨੀ ਕੀ ਹੈ? ਕਹਿੰਦੇ ਜੀ ਸਰੀਰਕ ਮੌਤ। ਕਹਿੰਦੇ ਜੇ ਬਿਨਾਂ ਸਵਾਸਾਂ ਤੋਂ, ਬਿਨਾਂ ਨਬਜ ਚੱਲਣ ਤੋਂ ਕੋਈ ਸਰੀਰ ਵੇਖਿਆ ਹੈ? ਕਹਿੰਦੇ ਮਹਾਰਾਜ ਜੀ ਵੀ ਬਿਲਕੁਲ ਇੰਪੋਸੀਬਲ ਗੱਲ ਹੈ, ਹੋ ਨਹੀਂ ਸਕਦੀ। ਤਾਂ ਕਹਿੰਦੇ ਆਓ ਤੁਹਾਨੂੰ ਇੱਕ ਅਭਿਆਸੀ ਦਿਖਾਉਂਦੇ ਆ। ਕਹਿੰਦੇ ਉਹ ਗੁਰਮੁਖ ਜੀ ਕੋਲ ਲੈ ਕੇ ਗਏ, ਉਹ ਚੌਂਕੜਾ ਮਾਰ ਕੇ ਬੈਠੇ ਸੀ, ਸਵਾਸ ਉਹਨਾਂ ਦੇ ਦਸਮ ਦੁਆਰ ਚੜ੍ਹੇ ਸੀ, ਤੇ ਕਹਿੰਦੇ ਘਰ ਚੈੱਕ ਇਹਦਾ ਸਾਰਾ ਸਰੀਰ, ਉਹਦਾ ਧੌਣ ਤੋਂ ਥੱਲੇ ਸਾਰਾ ਹੀ ਧੜ ਖੜਾ ਸੀ, ਸਿਰਫ ਉਹਦੇ ਮੱਥੇ ਵਿੱਚ ਅਰਕਤ ਸੀ। ਤਾਂ ਇਸ ਤਰ੍ਹਾਂ ਯੋਗ ਅਭਿਆਸੀ ਜਿਹੜੇ ਨੇ ਉਹ ਕਰ ਲੈਂਦੇ ਹਨ। ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਯੋਗ ਅਭਿਆਸ ਦੀ ਜਿਹੜੀ ਫੜ ਕਾਨਾ ਜੀ ਨੇ ਮਾਰੀ ਆ ਭਗਤ ਜੀ ਨੇ, ਕਿ 500 ਸਾਲ ਮੈਂ ਉਮਰ ਵਧਾ ਲਊਂਗਾ, ਇਹ ਅੱਤ ਕਥਨੀ ਨਹੀਂ ਆ, ਇੱਥੇ ਤੇ ਗਰੰਟੀ ਨਹੀਂ ਆ ਵੀ ਪਤਾ ਨਹੀਂ ਕਦੋਂ ਕੀ ਹੋ ਜਾਣਾ ਕਿਸੇ ਨੂੰ, ਪਤਾ ਨਹੀਂ ਕਦੋਂ ਕੀਰਤਨ ਸੋਹਲੇ ਦੀ ਵਾਰੀ ਆ ਜਾਣੀ ਹੈ ਕਿਸੇ ਦੀ।
ਤਾਂ ਇਹ 500 ਸਾਲ ਜਿਹੜੀ ਉਮਰ ਦੀ ਗੱਲ ਆਈ ਹੈ ਇੱਥੇ, ਇਹ ਮੰਨਣ ਯੋਗ ਨਹੀਂ। ਇੱਦਾਂ ਆਮ ਕਈ ਵਾਰੀ ਧਰਮੀ ਬੰਦੇ ਵੀ ਸਵਾਲ ਕਰ ਦਿੰਦੇ ਹਨ। ਜੇ ਇਸ ਗੱਲ ਨੂੰ ਆਪਾਂ ਸਾਇੰਸ ਦੇ ਮੁਤਾਬਕ ਸਿੱਧ ਕਰਨਾ ਚਾਹੀਏ ਵੀ ਬੰਦੇ ਦੀ ਉਮਰ ਵੱਧ ਸਕਦੀ ਕਿ ਨਹੀਂ, ਤਾਂ ਫਿਰ ਵੀ ਇਹ ਗੱਲ ਬੜੀ ਕਠਿਨ ਹੋ ਜਾਵੇਗੀ। ਵੈਸੇ ਇੱਕ ਯੋਗੀ ਜੀ ਹੋਏ ਨੇ, ਉਹਨਾਂ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ ਵੀ ਯੋਗ ਅਭਿਆਸ ਨਾਲ ਉਮਰ ਵੱਧ ਜਾਂਦੀ ਹੈ। ਯੋਗੀ ਪਰਮਾਨੰਦ ਜੀ ਨੇ ਇੱਕ ਇੰਗਲਿਸ਼ ਦੇ ਵਿੱਚ ਆਪਣੀ ਪੁਸਤਕ ਲਿਖੀ ਹੈ, ਆਟੋਬਾਇਓਗ੍ਰਾਫੀ ਯੋਗੀ ਨੇ ਆਪਣੀ ਲਿਖੀ ਹੈ। ਉਹਦੇ ਵਿੱਚ ਉਹਨੇ 2-4 ਲਾਈਨਾਂ ਸੋਹਣੀਆਂ ਲਿਖੀਆਂ ਖੋਜ ਕਰਕੇ। ਉਹ ਲਿਖਦੇ ਨੇ ਵੀ ਜਿਹੜੀ ਪ੍ਰਜਾਤੀ ਆ ਨਾ ਪਸ਼ੂਆਂ ਦੀ, ਇਹਦੇ ਵਿੱਚ ਤੁਸੀਂ ਕੁੱਤੇ ਨੂੰ ਦੇਖੋ ਵੀ ਜਿਹੜਾ ਕੁੱਤਾ ਵਾ ਉਹ 1 ਮਿੰਟ ਦੇ ਵਿੱਚ ਕਿੰਨੇ ਸਾਹ ਲੈਂਦਾ। ਕਿਉਂ ਗੱਲ ਤੇ ਫਿਰ ਦਲੀਲ ਨਾ ਹੀ ਹੋਵੇ ਨਾ, ਲੌਜਿਕ ਲੌਜਿਕ ਕਰਦੇ ਆ ਪਰ ਲੌਜਿਕ ਦੇਣਾ ਬੜਾ ਮੁਸ਼ਕਲ ਹੋ ਜਾਂਦਾ ਕਈ ਵਾਰੀ। ਉਹ 1 ਮਿੰਟ ਦੇ ਵਿੱਚ ਮੇਰੇ ਖਿਆਲ ਨਾਲ 40-50 ਸਾਹ ਲੈਂਦਾ ਹੈ, ਵੱਧ ਘੱਟ ਤੁਸੀਂ ਸਰਚ ਕਰ ਸਕਦੇ। ਜਿਹੜਾ ਸੱਪ ਹੈ ਉਹ ਪ੍ਰਤੀ ਮਿੰਟ 4 ਸਾਹ ਲੈਂਦਾ ਸ਼ਾਇਦ, ਮੈਂ ਭੁਲੇਖਾ ਨਾ ਖਾਵਾਂ। ਜਿਹੜਾ ਕੱਛੂ ਕੁੰਮਾ ਹੈ ਉਹ ਵੀ ਪ੍ਰਤੀ ਮਿੰਟ 4 ਸਾਹ, ਇਹ ਤੋਂ ਵੀ ਸ਼ਾਇਦ ਘੱਟ ਲੈਂਦਾ। ਤੇ ਜਿਹੜਾ ਹਾਥੀ ਹੈ ਇਹ ਮੇਰੇ ਖਿਆਲ ਨਾਲ 5-6 ਸਾਹ ਪ੍ਰਤੀ ਮਿੰਟ ਲੈਂਦਾ। ਤੇ ਤੁਸੀਂ ਦੇਖੋਗੇ ਵੀ ਜਿਹੜੇ ਪਸ਼ੂਆਂ ਦੀ ਪ੍ਰਜਾਤੀ ਆ, ਇਹ ਸਾਰੇ ਪਸ਼ੂ ਆ ਨਾ, ਜਾਂ ਇਹ ਜੀਵ ਆ ਜਾਂ ਪਸ਼ੂ ਆ, ਇਹਨਾਂ ਵਿੱਚੋਂ ਸਭ ਤੋਂ ਵੱਡੀ ਉਮਰ ਕੱਛੂ ਕੁੰਮੇ ਦੀ ਹੁੰਦੀ ਹੈ। 8 ਪ੍ਰਜਾਤੀਆਂ ਪਿੱਛੇ ਜੇ ਕੱਛੂ ਕੁੰਮੇ ਦੀ, ਇੱਕ ਦੀ ਉਮਰ 193 ਸਾਲ ਦੀ, 193 ਸਾਲ, 8-8 ਪ੍ਰਜਾਤੀਆਂ। ਇਹਦੇ ਵਿੱਚ 3 ਚੀਜ਼ਾਂ ਆਉਂਦੀਆਂ ਵੀ ਮਿਹਨਤ ਕਿੰਨੀ ਕਰਦਾ, ਖਾਂਦਾ ਕਿੰਨਾ ਤੇ ਸਰੀਰ ਕਿੰਨਾ ਨਿਰੋਗ ਰਹਿੰਦਾ। ਜੇ ਇਹ 3 ਚੀਜ਼ਾਂ ਵੱਧ ਘੱਟ ਹੋ ਜਾਣ ਪਹਿਲਾਂ ਵੀ ਮਰ ਜਾਂਦਾ। ਔਰ ਹਾਥੀ ਦੀ ਉਮਰ ਕੋਈ 70-80 ਸਾਲ ਮੰਨੀ ਗਈ, ਉਹ ਵੱਖਰੀ ਗੱਲ ਹੈ ਵੀ ਅੱਜ ਲੋਕ ਮਾਰੀ ਜਾਂਦੇ ਉਹਦੀ ਕੀਮਤ ਕਰਕੇ। ਇਹ 8-8 ਪ੍ਰਜਾਤੀਆਂ ਨੇ। ਜਿਹੜੀ ਪ੍ਰਜਾਤੀ ਸਵਾਸ ਘੱਟ ਲੈਂਦੀ ਪਈ ਹੈ ਉਹਦੀ ਉਮਰ ਵੱਧਦੀ ਜਾ ਰਹੀ। ਉਮਰ ਨੂੰ ਤੁਸੀਂ ਵਧਾ ਨਹੀਂ ਸਕਦੇ, ਕਿਉਂ ਬਾਣੀ ਕਹਿੰਦੀ ਹੈ ਅਣਘਾਲੇ ਸਭ ਦਿਵਸ ਸਾਸ ਨੇ ਵਡਨ ਘਟਨ ਤਿਲ ਸਾਸ। ਉਮਰ ਵਧਾ ਨਹੀਂ ਸਕਦੇ ਤੇ ਫਿਰ ਜੋਗੀ ਕਿੱਦਾਂ ਵਧਾ ਲੈਂਦੇ। ਉਮਰ ਨਹੀਂ ਵੱਧਦੀ, ਜਿਹੜਾ ਏਜ ਪ੍ਰੋਸੈਸ ਆ ਨਾ ਬੰਦੇ ਦਾ ਬੁੱਢੇ ਹੋਣ ਦਾ, ਜੋਗੀ ਉਹਨੂੰ ਹੌਲੀ ਕਰ ਲੈਂਦਾ। ਜਿਵੇਂ ਸਵਾਸਾਂ ਦੀ ਪ੍ਰਕਿਰਿਆ ਨੂੰ ਹੌਲੀ ਕਰਕੇ ਪਸ਼ੂ ਬੜੀ ਲੰਮੀ ਉਮਰ ਭੋਗ ਜਾਂਦਾ। ਸਵਾਸ ਉਨੇ ਹੀ ਆ, ਨਾ ਵੱਧਦੇ ਆ ਨਾ ਘਟਦੇ ਆ। ਔਰ ਇੱਕੋ ਇੱਕ ਯੋਗ ਅਭਿਆਸ ਏਦਾਂ ਦਾ ਜਿਹਦੇ ਨਾਲ ਤੁਸੀਂ ਸਵਾਸ ਨੂੰ ਕੰਟਰੋਲ ਚ ਲਿਜਾ ਸਕੋ।
ਪਕੜ ਚ ਲਿਆ ਸਕਦੇ। ਉਹ ਪਕੜ ਦੇ ਵਿੱਚ ਲਿਆ ਕੇ ਆਪਣੀ ਉਮਰ ਲੰਮੀ ਕਰ ਲੈਂਦਾ। ਪਰ ਇਹਦੇ ਵਿੱਚ ਤਿੰਨ ਚੀਜ਼ਾਂ ਲਾਗੂ ਹੁੰਦੀਆਂ, ਖਾਂਦਾ ਕਿੰਨਾ ਵਾ, ਮਿਹਨਤ ਕਿੰਨੀ ਪੈਂਦੀ ਹੈ, ਤੇ ਸਰੀਰ ਉਹਦਾ ਅਰੋਗ ਰਹਿੰਦਾ ਹੈ ਕਿ ਬਿਮਾਰੀ ਨਾਲ ਜਕੜਿਆ ਜਾਂਦਾ ਹੈ। ਜੇ ਉਹਦੀ ਖੁਰਾਕ ਹੋਰ ਹਿਸਾਬ ਦੀ ਆ ਜਾਂ ਉਹਦੀ ਮਿਹਨਤ, ਉਹਦਾ ਸਰੀਰ ਹੋਰ ਹਿਸਾਬ ਦਾ, ਇੱਥੇ ਮੈਂ ਉਦਾਹਰਣ ਦੇਵਾਂ, ਮਗਰਮੱਛ ਜਦੋਂ ਠੰਡਾ ਹੋ ਕੇ ਬਹਿੰਦਾ ਇੱਕ ਮਿੰਟ 'ਚ ਇੱਕ ਸਾਹ ਹੀ ਲੈਂਦਾ, ਪਰ ਮਰ ਪਹਿਲਾਂ ਜਾਂਦਾ ਇੱਕ ਮਿੰਟ 'ਚ ਇੱਕ ਸਾਹ ਲੈਂਦਾ ਜਦੋਂ ਠੰਡਾ ਹੋ ਕੇ ਬਹਿੰਦਾ। ਇੱਦਾਂ ਕੁਝ ਦਲੀਲਾਂ ਦੇ ਕੇ ਯੋਗੀਆਂ ਨੇ ਗੱਲ ਸਿੱਧ ਕੀਤੀ ਆ ਵੀ ਉਮਰ ਤੁਸੀਂ, ਇਹ ਤਾਂ ਪਸ਼ੂਆਂ ਦੀ ਗੱਲ ਆ, ਬੰਦਾ ਤੇ ਰੱਬ ਨੇ ਬੜਾ ਗਾਂਹ ਦਾ ਬਣਾਇਆ। ਪਰ ਜੇ ਬੰਦਾ ਚਾਹਵੇ ਤੇ, ਪਰ ਬੰਦਾ ਸਾਹ ਜ਼ਿਆਦਾ ਲੈਂਦਾ ਵਾ, ਇੱਕ ਮਿੰਟ 'ਚ ਬੰਦੇ ਦੀ ਔਸਤ ਕੀ ਆ, 10 ਤੋਂ 12 ਸਾਹ ਇੱਕ ਮਿੰਟ 'ਚ, ਜੇ ਮਿਹਨਤ ਡਬਲ ਪੈ ਜੇ ਵੱਧ ਵੀ ਜਾਂਦਾ, ਜੇ ਖੁਰਾਕ ਬਹੁਤੀ ਖਾਣ ਲੱਗ ਪਏ ਔਖੇ ਹੋ ਕੇ ਵੀ ਸਾਹ ਆਉਣ ਲੱਗ ਪੈਂਦੇ। ਇਹ ਵੀ ਨਾਲ ਹੀ ਹੈ, ਸਰੀਰ ਅਰੋਗ ਨਿਰੋਗ ਵੀ ਨਾਲ ਹੀ ਹੈ, ਤਿੰਨ ਚੀਜ਼ਾਂ ਕਰਕੇ। ਤਾਂ ਇੱਦਾਂ ਫਿਰ ਸਾਧ ਸੰਗਤ ਜੀ ਦਸਮ ਦੁਆਰ ਦੇ ਵਿੱਚ ਸਵਾਸ ਨੂੰ ਢਕਾ ਕੇ ਯੋਗੀ ਸਿੱਧ ਕਰਦੇ ਕਿ ਉਮਰ ਤੁਸੀਂ ਆਪਣੀ ਲੰਮੀ ਕਰ ਸਕਦੇ। ਹੁਣ ਇਹ ਗੱਲ ਇੱਥੇ ਇਹਨੇ ਕਹੀ ਹੈ। ਹੁਣ ਜੇ ਆਪਾਂ ਬਾਣੀ ਵਿੱਚ ਵੀ ਇੱਕ ਦਲੀਲ ਪੜ੍ਹੋ ਨਾ ਗੁਰਬਾਣੀ 'ਚ, ਉੱਥੇ ਆਊਗਾ ਜਿਹੜੇ ਨਾਮ ਨਹੀਂ ਜਪਦੇ ਇਹ ਤੇ ਸੱਪ ਨੇ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ। ਹੁਣ ਆ ਸਿੱਧੀ ਲੜਾਈ ਆ ਨਾ, ਫਿਰ ਇੱਦਾਂ ਦੀ ਗੱਲ ਕਹਿਣੀ ਸਿੱਧੀ ਲੜਾਈ। ਬਿਨ ਸਿਮਰਨ ਜੋ ਜੀਵਨ ਬਲਨਾ, ਦੱਸੋ ਜੀ ਕੀ ਲਿਖਿਆ ਫਿਰ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ। ਆਪਦੇ ਕੋਲੋਂ ਥੋੜੀ ਕਿਹਾ ਤੁਸੀਂ ਉੱਥੇ ਮੈਨੂੰ ਘੇਰੀ ਫਿਰੋ ਵੀ ਕਿੱਦਾਂ ਦੀਆਂ ਗੱਲਾਂ ਸਾਨੂੰ ਕਰਦਾ, ਇਹ ਤਾਂ ਲਿਖਿਆ ਵਾ ਉੱਥੇ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ। ਇੱਥੇ ਸੱਪ ਦੀ ਵਿਸ਼ੇਸ਼ ਪ੍ਰਜਾਤੀ ਜਿਹੜਾ ਬੜੀ ਲੰਮੀ ਉਮਰ ਭੋਗਦਾ, ਸੱਪ ਇੱਕ ਮਿੰਟ 4 ਸਾਹ ਲੈ ਰਿਹਾ, ਬੜੀ ਲੰਮੀ ਉਮਰ ਭੋਗਦਾ, ਭੋਗਦਾ ਤੇ ਬੜੀ ਆ, ਮਨਮੁੱਖ ਵੀ ਸੱਪ ਵਰਗਾ ਵਾ, ਕਈ ਵਾਰੀ ਬੜੀ ਲੰਮੀ ਉਮਰ ਭੋਗ ਜਾਂਦਾ ਪਰ ਜਿੱਦਾਂ ਸੱਪ ਜ਼ਹਿਰ ਨਾ ਸੜਦਾ ਇੱਦਾਂ ਸਾਰੀ ਉਮਰ ਦੁਖੀ ਰਹਿੰਦਾ। ਬਿਨਾਂ ਸਿਮਰਨ ਤੋਂ, ਬਿਨਾਂ ਬੰਦਗੀ ਤੋਂ ਮਹਾਰਾਜ ਨੇ ਇੱਥੇ ਦਲੀਲ ਦਿੱਤੀ ਹੈ, ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਹੈ। ਤਾਂ ਇੱਦਾਂ ਫਿਰ ਇਹਨਾਂ ਨੇ ਆਪਣੇ ਯੋਗ ਅਭਿਆਸ ਦੀ ਹਉਮੈ ਮਹਾਰਾਜ ਅੱਗੇ ਪ੍ਰਗਟ ਕੀਤੀ, ਤੇ ਹਉਮੈ ਜਿੱਥੇ ਆ ਗਈ, ਜੇ ਤੇ ਆ ਗਈ ਇਹ ਪੜ੍ਹਨ ਵਿੱਚ, ਜੇ ਆ ਗਈ ਇਹ ਪਾਠ ਵਿੱਚ, ਫਿਰ ਵੀ ਲੈ ਕੇ ਬਹਿ ਜਾਂਦੀ। ਇੱਕ ਤੇ ਉਹ ਆ ਨਾ ਜਿਹੜਾ ਪਾਠ ਕਰਦਾ ਹੀ ਨਹੀਂ, ਇੱਕ ਤੇ ਉਹ ਆ ਨਾ ਜਿਹੜਾ ਪੜ੍ਹਦਾ ਹੀ ਨਹੀਂ, ਇੱਕ ਪਾਠ ਵੀ ਕਰਦਾ ਪੜ੍ਹਦਾ ਵੀ ਆ, ਪਰ ਹਉਮੈ ਆ ਗਈ ਤੇ ਕੀ ਹੋਇਆ ਫਿਰ, ਪਾਠ ਪੜ੍ਹਿਓ ਔਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਧ, ਯੋਗੀ ਵੀ ਤੀਸਰਾ ਆ ਗਿਆ। ਪੰਚ ਜਨਾ ਸਿਉ ਸੰਗ ਨਾ ਛੁੜਕਿਓ ਅਦਕ ਅਹੰਗ ਬੁੱਧ ਵਾਧੇ,
ਪਿਆਰੇ ਇਨ ਬਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਇਹਦੇ ਵਿੱਚ ਛੱਡਿਆ ਹੀ ਕੋਈ ਨਹੀਂ ਹੈ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਮਨ ਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ ਇੱਕ ਇੱਕ ਗੱਲ ਗਣਾਈ ਜੇ ਹੋ ਆ ਗਈ ਨਾ ਪਾਠ ਵਿੱਚ ਪੜ੍ਹਨ ਵਿੱਚ ਤਾਂ ਵੀ ਗਿਆ ਤੇ ਜੇ ਹੋ ਆ ਗਈ ਨਾ ਯਾਤਰਾ ਵਿੱਚ ਜਾਪ ਤਾਪ ਵਿੱਚ ਮਹਾਰਾਜ ਕਹਿੰਦੇ ਤਾਂ ਵੀ ਗਿਆ ਤੀਰਥ ਬਰਤ ਹਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਸਫਲ ਜਾਤ ਤਿਉ ਜਿਉ ਕੁੰਚਰ ਇਸਨਾ ਜਿੱਥੇ ਵੀ ਆ ਗਈ ਜੇ ਕਿਸੇ ਸਾਧ ਵਿੱਚ ਆ ਗਈ ਤਾਂ ਮਹਾਰਾਜ ਕਹਿੰਦੇ ਸਾਧੋ ਮਨ ਕਾ ਮਾਨ ਤਿਆਗ ਇਹ ਜਿੱਥੇ ਵੀ ਆ ਗਈ ਇਹਦਾ ਪੰਜਵਾਂ ਥਾਂ ਆ ਨਾ ਪਹਿਲਾਂ ਕੀ ਆ ਕਾਮ ਜਿਹੜਾ ਕਾਮ ਤੋਂ ਬਚ ਜੇ ਉਹ ਕ੍ਰੋਧੀ ਬੜਾ ਹੁੰਦਾ ਜਿਹੜਾ ਕ੍ਰੋਧ ਤੋਂ ਬਚੇ ਤੀਸਰਾ ਕੀ ਆ ਲੋਭ ਜਿਹੜਾ ਲੋਭ ਤੋਂ ਬਚੇ ਚੌਥਾ ਕੀ ਆ ਮੋਹ ਜਿਹੜਾ ਚਾਰਾਂ ਤੋਂ ਬਚੇ ਹੰਕਾਰ ਬਾਹਾਂ ਟੰਗ ਕੇ ਖਲੋਤਾ ਕਹਿੰਦਾ ਲੰਘ ਕਿੱਧਰ ਦੀ ਲੰਘਣਾ ਫਿਰ ਉਹਦੇ ਵਿੱਚ ਇੱਕ ਹਉਮੈ ਆਜੂਗੀ ਵੀ ਮੈਂ ਤਾਂ ਕੰਮ ਹੀ ਨਹੀਂ ਹੈ ਮੈਂ ਤਾਂ ਕ੍ਰੋਧੀ ਨਹੀਂ ਮੈਨੂੰ ਤੇ ਲੋਭ ਨਹੀਂ ਮੈਨੂੰ ਤੇ ਮੋਹ ਨਹੀਂ ਇਸ ਕਰਕੇ ਪੰਜਵੇਂ ਥਾਂ ਤੇ ਵੱਡਾ ਸੂਰਮਾ ਬੈਠਾ ਇੱਥੇ ਨਾ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂ ਜੇ ਪਾਠ ਚ ਆ ਗਈ ਤੇ ਉਹ ਵੀ ਗਿਆ ਜੇ ਪੜ੍ਹਨ ਚ ਆ ਗਈ ਤੇ ਉਹ ਵੀ ਗਿਆ ਜੇ ਯੋਗੀ ਕੋਲੇ ਹਉਮੈ ਆ ਗਈ ਤੇ ਉਹ ਵੀ ਗਿਆ ਜੇ ਤੀਰਥ ਬਰਤ ਅਰ ਦਾਨ ਵਿੱਚ ਆ ਗਈ ਤੇ ਉਹ ਵੀ ਗਿਆ ਤੇ ਜੇ ਸੂਰਮੇ ਕੋਲੇ ਵੀ ਆ ਗਈ ਨਾ ਮਰਨ ਵਾਲਾ ਜਿਹਨੂੰ ਆਪਾਂ ਸ਼ਹੀਦ ਕਹਿੰਦੇ ਉਹਨੂੰ ਵੀ ਲੈ ਕੇ ਬਹਿ ਜਾਂਦੀ ਆ ਭਾਵੇਂ ਕਿ ਸ਼ਹੀਦ ਦਾ ਰੁਤਬਾ ਸਭ ਤੋਂ ਵੱਡਾ ਤੁਸੀਂ ਇੱਕ ਸ਼ਬਦ ਸੁਣਿਆ ਹੋਊਗਾ ਸੂਰੇ ਇਹ ਨਾ ਆਖੀਏ ਅਹੰਕਾਰ ਮਰੇ ਦੁੱਖ ਪਾਵੇ ਸੂਰਮੇ ਇਹ ਨਹੀਂ ਕਹੇ ਜਾਂਦੇ ਜਿਹੜੇ ਹਉਮੈ ਵਿੱਚ ਮਰੇ ਹੰਕਾਰ ਚ ਮਰੇ ਤੇ ਨਿਚੋੜ ਕੀ ਅਹੰਕਾਰ ਮਰੇ ਸੇ ਵਿਗਤੀ ਗਏ ਹੰਕਾਰ ਚ ਜਿਹੜਾ ਵੀ ਮਰਿਆ ਭਾਵੇਂ ਜਿੱਡਾ ਮਰਜ਼ੀ ਸ਼ੁਭ ਕਰਮ ਕਰੇ ਉਹ ਜਾਵੇਗਾ ਉਹਨੂੰ ਥਾਂ ਨਹੀਂ ਮਿਲੇ ਹੁਣ ਤੁਸੀਂ ਇੱਥੇ ਸਵਾਲ ਕਰੋਗੇ ਵੀ ਫਿਰ ਜਿਹੜੇ ਸੂਰਮੇ ਸਾਡੇ ਸ਼ਹੀਦ ਹੋਏ ਉਹ ਆਮ ਦੁਨਿਆਵੀ ਸੂਰਮੇ ਦਾ ਤੇ ਧਰਮੀ ਬੰਦੇ ਦਾ ਬੜਾ ਫਰਕ ਜਿਹੜਾ ਹਉਮੈ ਚ ਮਰੇ ਉਹਨੂੰ ਵੀ ਸੂਰਮਾ ਨਹੀਂ ਮੰਨੇ ਤੇ ਜਿਹੜਾ ਦੀਨ ਕੇ ਹੇਤ ਮਰੇ ਉਹਨੂੰ ਸੂਰਮਾ ਗੁਰਬਾਣੀ ਮੰਨਦੀ ਇੰਨਾ ਫਰਕ ਆ ਧਰਮ ਤੇ ਮਰਨ ਦਾ ਤੇ ਉੱਦਾਂ ਮਰਨ ਦਾ ਮਰਨ ਵਾਲੇ ਉੱਦਾਂ ਵੀ ਬੜੇ ਸੂਰਮੇ ਆ ਜਿਹੜਾ ਮੈਂ ਮੇਰੀ ਤੋਂ ਉੱਪਰ ਉੱਠ ਕੇ ਮਰੇ ਜਿਹੜਾ ਜ਼ਰ ਜ਼ੋਰੂ ਜ਼ਮੀਨ ਦੀ ਪਕੜ ਤੋਂ ਤਾਂ ਉੱਠ ਕੇ ਮਰੇ ਹੁਣ ਅੱਜ ਦੇਖ ਲਓ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਖਾਤਰ
ਮਹਾਂਪੁਰਖ ਦਮਦਮੇ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਖਾਤਰ ਭਾਈ ਗਜਿੰਦਰ ਸਿੰਘ ਵਰਗਿਆਂ ਜਹਾਜ਼ ਅਗਵਾ ਕੀਤਾ। ਭਾਈ ਗਜਿੰਦਰ ਸਿੰਘ ਨੂੰ ਕੀ ਲਾਭ ਸੀ ਉਹਦੇ ਵਿੱਚੋਂ, ਕੀ ਮਤਲਬ ਕੀ ਸੀ ਉਹਦਾ, ਕਿ ਉਹਨੂੰ 100 ਕਿੱਲਾ ਮਿਲਣਾ ਸੀ। ਮੈਂ ਮੇਰੀ ਤੋਂ ਉੱਪਰ ਹੋ ਗਈ ਨਾ ਗੱਲ, ਜਰ ਜੋਰੂ ਜ਼ਮੀਨ ਤੋਂ ਉੱਪਰ ਹੋ ਗਈ, ਤੇ ਸਾਰੀ ਉਮਰ ਆਪਣੇ ਪਰਿਵਾਰ ਤੋਂ ਵੱਖਰਾ ਰਹਿ ਕੇ, ਪਾਸੇ ਰਹਿ ਕੇ, ਪਤਾ ਵੀ ਆ ਹੈਗੇ ਆ, ਤੇ ਕੁਰਬਾਨੀ ਕਰਨੀ ਸੂਰਮੇ। ਇਹ ਕਹੇ ਜਾਂਦੇ ਨੇ ਜਿਹੜੇ ਮੈਂ ਮੇਰੀ ਤੋਂ ਉੱਪਰ ਉੱਠਣ, ਜੇ ਮੈਂ ਮੇਰੀ ਚ ਫਸ ਕੇ ਮਰਿਆ ਤੇ ਗੁਰਬਾਣੀ ਕਹਿੰਦੀ ਅਸੀਂ ਨੀ ਇਹਨੂੰ ਸ਼ਹੀਦ ਮੰਨਦੇ, ਸਾਡੇ ਲਈ ਇਹ ਸ਼ਹੀਦ ਨਹੀਂ ਆ, ਸੂਰਮਾ ਨਹੀਂ ਮੰਨਿਆ ਜਾਂਦਾ। ਗੁਰਬਾਣੀ ਬੜੇ ਪ੍ਰੇਮ ਦੇ ਨਾਲ ਸਮਝਾਉਂਦੀ ਹੈ, ਸਤਿਗੁਰੂ ਦੇ ਬਚਨ ਨੇ, ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਇੱਥੇ ਇੱਕ ਮੈਂ ਇੱਕ ਬੜਾ ਸੋਹਣਾ ਵਿਦਵਾਨ ਨੇ ਦੋ ਲਾਈਨਾਂ ਲਿਖੀਆਂ ਨੇ ਸ਼ੇਰੋ ਸ਼ਾਇਰੀ ਦੇ ਵਿੱਚ, ਉਹ ਲਿਖਦਾ ਜਿਸ ਕੋ ਮੈਂ ਕੀ ਹਵਾ ਲੱਗ ਗਈ, ਜਿਸ ਕੋ ਮੈਂ ਕੀ ਹਵਾ ਲੱਗ ਗਈ ਉਸ ਕੋ ਫਿਰ ਨਾ ਦਵਾ ਲੱਗੀ ਨਾ ਦੁਆ ਲੱਗੀ। ਉਹਦਾ ਕੋਈ ਹੱਲ ਹੀ ਨਹੀਂ ਆ ਜਿਹਨੂੰ ਇੱਕ ਵਾਰੀ ਮੈਂ ਦੀ ਹਵਾ ਕਹਿੰਦੇ ਚਿੰਬੜ ਗਈ, ਨਾ ਕੋਈ ਦਵਾਈ ਤੇ ਨਾ ਕੋਈ ਦੁਆ ਮੈਨੇ ਭਜਨ ਸਿਮਰਨਾ ਜਿਹੜਾ ਉਹਨੂੰ ਕੱਢ ਦਊਗਾ ਉਹਦੇ ਵਿੱਚ। ਸੋ ਬੇਨਤੀ ਕਰਾਂ ਤਾਂ ਇਸ ਪ੍ਰਕਾਰ ਭਗਤ ਕਾਨ੍ਹਾ ਜੀ ਹੋਮੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਕਹਿੰਦੇ ਹਨ, ਮੈਂ ਨਾ ਮਰੋ ਤੁਮ ਸਰਾਪ ਵਿਫਲ ਹੈ ਦਸਮ ਦੁਆਰ ਕੀ ਕਰੋ ਸੰਭਾਲ। ਕਹਿੰਦਾ ਮੈਂ ਨੀ ਮਰੂੰਗਾ, ਤੁਹਾਡਾ ਬਚਨ ਨਿਸਫਲ ਹੋਵੇਗਾ, ਕਿਉਂ ਮੈਂ ਦਸਮ ਦੁਆਰ ਵਿੱਚ ਆਪਣੇ ਸਵਾਸਾਂ ਨੂੰ ਸੰਭਾਲ ਕੇ ਬਹਿੰਦਾ ਹਾਂ। ਸ੍ਰੀ ਅਰਜਨ ਕਹਿ ਜਾਉਣ ਮਠੀਲੀ ਬਸ ਕਰ ਧਾਵਤ ਬਟ ਅਭਿਮਾਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਭਗਤ ਕਾਨ੍ਹਾ ਜੀ ਜਿਸ ਸਰੀਰ ਰੂਪੀ ਮੱਠ ਵਿੱਚ ਬਹਿ ਕੇ, ਸਰੀਰ ਰੂਪ ਕੱਚੇ ਕੋਠੇ ਚ ਬਹਿ ਕੇ ਇੰਨਾ ਹੰਕਾਰ ਕਰਦਾ ਹੈ, ਉਹ ਜਿਹੜਾ ਸਰੀਰ ਹੈ ਤੇਰਾ, ਸੋ ਫੁੱਟ ਹੈਗੀ ਬਸੈ ਕਹਾਂ ਫੁੱਨ ਕਰੋ ਅਭੈ ਪਰਲੋਕ ਪਿਆਨ। ਇਹ ਸਰੀਰ ਰੂਪੀ ਮੱਠ ਇੱਕ ਦਿਨ ਟੁੱਟ ਜਾਵੇਗਾ, ਇਹ ਠੀਕਰਾ ਮਿੱਟੀ ਦਾ ਹੈ, ਇੱਕ ਦਿਨ ਭੱਜ ਜਾਵੇਗਾ, ਖਤਮ ਹੋਵੇਗਾ, ਮਿੱਟੀ ਤੋਂ ਬਣਿਆ ਹੈ, ਇੱਕ ਦਿਨ ਢਹਿਣਾ ਤੇ ਹੈ, ਜਿੰਨਾ ਮਰਜ਼ੀ ਕੋਈ ਇਹਨੂੰ ਸਾਂਭ ਕੇ ਸਵਾਰ ਕੇ ਰੱਖੇ। ਹੁਣ ਦੇਖੋ ਬੰਦੇ ਦਾ ਸਰੀਰ ਬਾਣੀ ਕਹਿੰਦੀ ਮਿੱਟੀ ਤੋਂ ਬਣਦਾ, ਤੇ ਕਮਾਲ ਦੀ ਗੱਲ ਤੁਹਾਨੂੰ ਦੱਸਾਂ ਮਿੱਟੀ ਤੇ ਹੀ ਚੱਲਦਾ। ਜਿਹੜਾ ਆਪਾਂ ਜੋ ਵੀ ਕੁਝ ਖਾਂਦੇ ਹਾਂ ਸਾਗ ਸਬਜ਼ੀ, ਇਹ ਕਿੱਥੋਂ ਪੈਦਾ ਹੁੰਦਾ, ਮਿੱਟੀ ਤੋਂ ਹੀ। ਤੇ ਫਿਰ ਸਰੀਰ ਰੂਪੀ ਮਿੱਟੀ ਦਾ ਸਰੀਰ ਕਿਹੜੀ ਚੀਜ਼ ਖਾ ਕੇ ਤੁਰਦਾ, ਮਿੱਟੀ ਨੂੰ ਖਾ ਕੇ ਤੁਰਦਾ। ਦੂਸਰਾ ਤੁਸੀਂ ਦੇਖੋਗੇ ਇਹ ਸਰੀਰ ਰੂਪੀ ਮਿੱਟੀ, ਸਰੀਰ ਰੂਪੀ ਮਿੱਟੀ ਤੇ ਹੀ ਚੱਲਦੀ ਆ, ਤੇ ਜਿਹੜੇ ਆਪਾਂ ਕੱਪੜੇ ਪਾ ਪਾ ਕੇ ਦਿਖਾਉਂਦੇ ਹਾਂ ਇੱਕ ਦੂਜੇ ਨੂੰ, ਇਹ ਕੀ ਆ ਦੱਸੋ। ਇਹ ਜਿੰਨੇ ਵੀ ਕੱਪੜੇ ਤੁਸੀਂ ਸਰੀਰ ਤੇ ਪਾਉਂਦੇ ਇਹ ਕੀ ਆ, ਕਿੱਥੋਂ ਪੈਦਾ ਹੁੰਦੇ, ਧਰਤੀ ਤੋਂ। ਮਿੱਟੀ ਨੇ ਮਿੱਟੀ ਨੂੰ ਖਾਧਾ,
ਮਿੱਟੀ ਨੇ ਮਿੱਟੀ ਨੂੰ ਹੀ ਸਰੀਰ ਤੇ ਪਾ ਕੇ ਕਿੱਡਾ ਮਾਣ ਕਰਕੇ ਦਿਖਾਇਆ ਵੀ ਮੈਂ ਮਿੱਟੀ ਕਹਿੰਦੀ ਕਿੱਡਾ ਸੋਹਣਾ ਲੱਗਦਾ ਆਹਾ ਹੀ ਤੇ ਕਹਿੰਦੇ ਤੇਰਾ ਅਗਿਆਨਤਾ ਮੂੜਪਣਾ ਇਹਨੂੰ ਹੀ ਤੇ ਮੂਰਖਪੁਣਾ ਕਹਿੰਦੇ ਅਗਿਆਨੀ ਕਹਿੰਦੇ ਮਿੱਟੀ ਨੇ ਮਿੱਟੀ ਨੂੰ ਹੀ ਖਾਧਾ ਵੈਸੇ ਤੇ ਮਿੱਟੀ ਨੇ ਮਿੱਟੀ ਨੂੰ ਜਨਮ ਦਿੱਤਾ ਮਿੱਟੀ ਖਾ ਕੇ ਵੱਡਾ ਹੋਇਆ ਖਾਊਗਾ ਸਾਰੀ ਉਮਰ ਮਿੱਟੀ ਸਰੀਰ ਤੇ ਪਾਉਂਦਾ ਹੈ ਤੇ ਜਿਹੜੇ ਆ ਸੋਨਾ ਚਾਂਦੀ ਪਾ ਕੇ ਐਵੇਂ ਮਾਣ ਕਰਦਾ ਮਹਾਰਾਜ ਕਹਿੰਦੇ ਨੇ ਸੋ ਇਨ੍ਹਾਂ ਰੁਪਾ ਸਭ ਧਾਤ ਹੈ ਮਾਟੀ ਰਲ ਇਹ ਵੀ ਮਿੱਟੀ ਹੁਣ ਅਖੀਰਲੀ ਗੱਲ ਕਰਾਂ ਲੜਦੇ ਕਿਹਦੇ ਪਿੱਛੇ ਦੱਸੋ ਲੜਦੇ ਕਿਹਦੇ ਪਿੱਛੇ ਮਿੱਟੀ ਪਿੱਛੇ ਬਾ ਠੀਕ ਹੈ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਬਾਣੀ ਕਹਿੰਦੀ ਹੈ ਹੁਣ ਇਹਦੀ ਜੇ ਵਿਆਖਿਆ ਕਰਨੀ ਹੋਵੇ ਤੇ ਮਿੱਟੀ ਤੋਂ ਬਿਨਾਂ ਹੈ ਕੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਿੱਟੀ ਦਾ ਮਾਣ ਨਾ ਕਰ ਇਹ ਇੱਕ ਦਿਨ ਭੱਜਣਾ ਹੈ ਇਹਨੇ ਰਹਿਣਾ ਨਹੀਂ ਭਾਵੇਂ ਦਸਮ ਚ ਸਵਾਸ ਟਿਕਾ ਲਾ ਭਾਵੇਂ ਜਿੰਨੀ ਮਰਜ਼ੀ ਆਪਣੀ ਉਮਰ ਵਧਾ ਲਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸੁਧਾਰੇ ਕਰ ਮੁੰਜਨ ਸੇਵਾ ਜੀਅ ਬੋ ਆਸ ਨਾ ਧਰਨ ਰਾਸ ਬਨ ਹਾੜ ਪਿੰਜਰੇ ਪ੍ਰੇਮ ਨਾ ਠਾਨ ਇਸ ਕਰਕੇ ਹੇ ਕਾਨਾ ਜੀ ਸਰੀਰ ਨਾਲ ਮੋਹ ਨਾ ਕਰ ਇਸ ਸਰੀਰ ਤੋਂ ਨਿਰਾਸ਼ ਹੋ ਸਰੀਰ ਤੋਂ ਉੱਪਰ ਉੱਠ ਇਹ ਹੱਡੀਆਂ ਦਾ ਜਿਹੜਾ ਪਿੰਜਰਾ ਵਾ ਨਾ ਇਹਦੇ ਨਾਲ ਪ੍ਰੇਮ ਨਹੀਂ ਕਰੀਦਾ ਬਹੁਤਾ ਜੀਵਤ ਰਹਿਓ ਸਮੈ ਬਹੁ ਤੇਰੋ ਜਿਸ ਤੇ ਉਰ ਹੰਕਾਰ ਮਹਾਨ ਤੂੰ ਬਹੁਤਾ ਸਮਾਂ ਜਿਉਂਦਾ ਰਿਹਾ ਵਾ ਸਵਾਸਾਂ ਨੂੰ ਟਿਕਾ ਕੇ ਉਮਰ ਨੂੰ ਵਧਾ ਕੇ ਇਸ ਕਰਕੇ ਤੇਰੇ ਵਿੱਚ ਇੰਨਾ ਜ਼ਿਆਦਾ ਹੰਕਾਰ ਜਿਹੜਾ ਹੈ ਉਹ ਵੱਧ ਚੁੱਕਾ ਹੈ ਦੋਹਰਾ ਕਿਤਕ ਕਾਲ ਤੂਸਨ ਪਏ ਸਭਾ ਵਿਖੇ ਸਭ ਕੋਏ ਤਾਂ ਸਭਾ ਵਿੱਚ ਕਾਫੀ ਸਮੇਂ ਤੱਕ ਸਾਰੀ ਸੰਗਤ ਕਾਨਾ ਵੀ ਫਿਰ ਚੁੱਪ ਹੋ ਕੇ ਬੈਠ ਗਿਆ ਬਿਸਮੇ ਸੁਣ ਕੇ ਸਰਾਪ ਵੱਡ ਹੁਣੀ ਹੋਏ ਸੋ ਹੋਏ ਬੜੇ ਹੈਰਾਨ ਹੋਏ ਸਾਰੀ ਸੰਗਤ ਸੁਣ ਕੇ ਪਰ ਜਿਹੜੀ ਹੋਣੀ ਹੈ ਉਹ ਹੋ ਕੇ ਰਹਿੰਦੀ ਹੈ ਆਏ ਕਿਹੜੇ ਕੰਮ ਸੀ ਪਰ ਮੌਤ ਲੈ ਕੇ ਤੁਰੇ ਹਨ ਹਿਰਦਾ ਗਿਰਾ ਹਿਤ ਮਿਲੇ ਬੇ ਮਿਲੇ ਹੁਤੇ ਇੱਕ ਥਾਨ ਹਿਰਦੇ ਦਾ ਭਾਵ ਤੇ ਬਾਣੀ ਮੇਲਣ ਵਾਸਤੇ ਇੱਕ ਥਾਂ ਮਿਲੇ ਸੀ ਸਾਰੇ ਇਕੱਠੇ ਹੋਏ ਸੀ ਮਹਾਰਾਜ ਕੋਲੇ ਭਾਵੀ ਨੇ ਐਸੀ ਕਰੀ ਵਧਿਓ ਬਯੋਗ ਮਹਾਨ ਪਰ ਭਾਵੀ ਨੇ ਹੋਣੀ ਨੇ ਐਸੀ ਕਰ ਦਿੱਤੀ ਕਿ ਆਪਸ ਵਿੱਚ ਵਿਯੋਗ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਦੋਹਰਾ ਕਿਚਕ ਕਾਲ ਤੂਸਨ ਰਹੇ ਸਭਾ ਨਾ ਬੋਲਿਓ ਕੋਏ ਕਾਫੀ ਸਮੇਂ ਤੱਕ ਸੰਗਤ ਜਿਹੜੀ ਹੈ ਉਹ ਸ਼ਾਂਤ ਰਹੀ ਹੈ ਕੋਈ ਬੋਲਿਆ ਨਹੀਂ ਸ੍ਰੀ ਅਰਜਨ ਪੀਲੋ ਦਿਸਾ ਕੀਨ ਬਿਲੋਚਨ ਜੋਏ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਪੀਲੂ ਜੀ ਵੱਲ ਵੇਖਿਆ ਔਰ ਉਹਨਾਂ ਨੂੰ ਦੇਖ ਕੇ ਕਹਿਣ ਲੱਗੇ ਭਗਤ ਪੀਲੂ ਨੂੰ ਸਈਆ ਛੰਦ ਪੀਲੋ ਭਗਤ ਆਪਨੋ ਮਤ ਕਹੋ ਹਮੈ ਸੁਣਾਵੋ ਸ਼ਬਦ ਬਣਾਏ ਪੀਲੂ ਭਗਤ ਜੀ ਤੁਸੀਂ ਆਪਣਾ ਮਤ ਦੱਸੋ ਸਾਨੂੰ ਸ਼ਬਦ ਸੁਣਾਓ ਆਪਣਾ ਜਿਹੜਾ ਬਣਾਇਆ ਹੈ ਤੁਸੀਂ ਜਿਸ ਤੇ ਗੁਰਮਤ ਹੋਏ ਉਪਦੇਸ਼ਨ ਸਿਮਰੈ ਪਰਮੇਸ਼ਰ ਲਿਵ ਲਾਏ ਜਿਸ ਵਿੱਚ ਗੁਰਮਤ ਦਾ ਉਪਦੇਸ਼ ਹੋਵੇ ਜਿਸ ਉਪਦੇਸ਼ ਨੂੰ ਸੁਣ ਕੇ ਪੜ੍ਹ ਕੇ
ਸੰਗਤਾਂ ਪਰਮੇਸ਼ਰ ਦਾ ਸਿਮਰਨ ਕਰਿਆ ਕਰਨ। ਹੋਏ ਸੇ ਮਗ ਲਹਿ ਸੁਗਮ ਹੀ ਭਾਉ ਭਗਤ ਤੇ ਸੰਗ ਮਿਲਾਏ। ਪ੍ਰੇਮਾ ਭਗਤੀ ਸੌਖੀ ਪ੍ਰਾਪਤ ਹੋਵੇ, ਮੁਕਤੀ ਦਾ ਰਾਹ ਸੌਖਾ ਮਿਲ ਜਾਵੇ, ਭਾਉ ਭਗਤ ਪੈਦਾ ਹੋਵੇ, ਇਹੋ ਜਿਹਾ ਸ਼ਬਦ ਕੋਈ ਸੁਣਾਓ ਸਾਨੂੰ। ਸੁਨਤ ਸਭਾ ਮੈਂ ਸ਼ਬਦ ਵਖਾਨਿਓ ਪੀਲੋ ਆਪਣੋ ਮਤੋ ਸੁਣਾਏ। ਤਾਂ ਸੁਣ ਕੇ ਸਭਾ ਦੇ ਵਿੱਚ ਭਗਤ ਪੀਲੂ ਨੇ ਆਪਣਾ ਸ਼ਬਦ ਵਖਿਆਨ ਕੀਤਾ, ਆਪਣੀ ਮਤ ਜਿਹੜੀ ਆ ਉਹ ਸ਼ਬਦਾਂ ਦੇ ਵਿਚਾਰਾਂ ਦੇ ਰੂਪ ਵਿੱਚ ਪ੍ਰਗਟ ਕੀਤੀ। ਪੀਲੋ ਵਾਚ ਪੀਲੋ ਅਸਾਂ ਨਾਲੋਂ ਸੇ ਪਹਿਲੇ ਜੰਮਦਿਆਂ ਜੋ ਮੂਏ। ਭਗਤ ਪੀਲੂ ਜੀ ਕਹਿਣ ਲੱਗੇ ਨੇ ਕਿ ਪੀਲੂ ਅਸਾਂ ਨਾਲੋਂ ਸੇ ਭਲੇ, ਉਹ ਬੜੇ ਚੰਗੇ ਨੇ, ਕਿਹੜੇ ਜੰਮਦਿਆਂ ਜੋ ਮੂਏ, ਜਿਹੜੇ ਜੰਮਦਿਆਂ ਹੀ ਮਰ ਗਏ ਹਨ। ਉਹਨਾਂ ਚਿੱਕੜ ਪਾਵਨਾ ਬੋੜਿਆ ਨਾ ਆਲੂਦ ਭਏ। ਉਹਨਾਂ ਨੇ ਸੰਸਾਰ ਰੂਪੀ ਦਲਦਲ ਵਿੱਚ, ਚਿੱਕੜ ਵਿੱਚ, ਮੋਹ ਵਿੱਚ, ਮਨ ਰੂਪੀ ਪੈਰ ਨਹੀਂ ਖਬੋਇਆ ਆਪਣਾ, ਤੇ ਨਾ ਹੀ ਇਸ ਵਿਸ਼ਿਆਂ ਦੀ ਮੈਲ ਨਾਲ ਗੰਦੇ ਹੋਏ। ਇਹ ਸਿਧਾਂਤ, ਇਹ ਦੋ ਪੰਕਤੀਆਂ ਹੀ ਮਹਾਰਾਜ ਨੇ ਅਜੇ ਸੁਣੀਆਂ ਸੀ ਭਗਤ ਪੀਲੂ ਦੀਆਂ। ਇਹ ਪੀਨੇ ਪਰਮਾਨ ਹਮ ਕਰ ਹੈ ਜਿਸ ਮੈਂ ਨਹੀਂ ਭਗਤ ਉਪਦੇਸ਼। ਮਹਾਰਾਜ ਕਹਿੰਦੇ ਭਗਤ ਪੀਲੂ ਨੂੰ ਇਹ ਵੀ ਪਰਵਾਨ ਨਹੀਂ ਹੈ, ਇਹ ਵੀ ਗੁਰਮਤ ਉਲਟ ਗੱਲ ਹੀ ਤੁਸੀਂ ਕੀਤੀ ਹੈ। ਸ੍ਰੀ ਕਰਤਾਰ ਕੇਰ ਇਹ ਭਾਣਾ ਜੰਮਣ ਮਰਨਾ ਸੀ ਅਸੇਸ। ਤੁਸੀਂ ਜਨਮ ਨੂੰ ਹੀ ਮਾੜਾ ਕਹਿ ਦਿੱਤਾ ਵਾ, ਬਈ ਉਹ ਚੰਗੇ ਆ ਜਿਹੜੇ ਜੰਮਦੇ ਹੀ ਮਰ ਗਏ, ਪਰ ਜੰਮਣ ਮਰਨ ਤਾਂ ਰੱਬ ਦੇ ਹੱਥ ਚ ਆ, ਵਾਹਿਗੁਰੂ ਦਾ ਹੁਕਮ ਆ, ਤੇ ਕਾਹਦੇ ਵਾਸਤੇ ਮਿਲਦਾ? ਆਪਾਂ ਰੋਜ਼ ਪੜ੍ਹਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ। ਸਤਿਗੁਰੂ ਜੀ ਨੇ ਬੜਾ ਵੱਡਾ ਪਹਿਰਾ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਾਉਣ ਲੱਗੇ। ਇਹੋ ਜੀ ਕੋਈ ਤੋਕ ਸ਼ਬਦ ਪੰਕਤੀ ਵਿੱਚ ਨਹੀਂ ਆਉਣੀ ਚਾਹੀਦੀ ਜਿਹੜੀ ਗੁਰਮਤ ਦੇ ਸਿਧਾਂਤ ਤੋਂ ਉਲਟ ਹੋ ਜਾਵੇ। ਬੜੀ ਸਾਵਧਾਨੀ ਨਾਲ ਇੱਥੇ ਠੀਕ ਹੈ ਕਿ ਦੁਨੀਆਂ ਵਿੱਚ ਜੰਮਦੇ ਹੀ ਮਰ ਗਏ, ਸਾਡੇ ਨਾਲੋਂ ਕਿਤੇ ਚੰਗੇ ਪਾਪੀ ਨਹੀਂ ਬਣੇ, ਪਰ ਨਾਲ ਇਹ ਵੀ ਹੈ ਕਿ ਇਹ ਜਨਮ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਕੇ ਉਹਨੂੰ ਮਿਲਣ ਵਾਸਤੇ ਹੋਇਆ ਹੈ, ਨਾ ਕਿ ਜੰਮਦੇ ਹੀ ਮਰਨ ਵਾਸਤੇ ਹੋਇਆ। ਇਸ ਜਨਮ ਨੂੰ ਲੈ ਕੇ ਭਗਤੀ ਕਰਨੀ ਚਾਹੀਦੀ, ਸਿਮਰਨ ਕਰਨਾ ਚਾਹੀਦਾ। ਸਾਧ ਸੰਗਤ ਜੀ, ਗੁਰਬਾਣੀ ਆ ਕਸਵੱਟੀ, ਤੇ ਹਰ ਕੰਮ ਉੱਤੇ ਗੁਰਬਾਣੀ ਦੀ ਪੰਕਤੀ ਲਾ ਕੇ ਵੇਖ ਲੈਣਾ ਚਾਹੀਦਾ ਵੀ ਇਹ ਗੁਰਬਾਣੀ ਮੁਤਾਬਕ ਠੀਕ ਆ। ਇਹ ਸਾਡੀ ਗੁਰਬਾਣੀ ਕੀ ਆ? ਕਸਵੱਟੀ। ਜਿਹੜੀ ਗੱਲ ਗੁਰਬਾਣੀ ਤੋਂ ਉਲਟ ਹੈ ਉਹਨੂੰ ਨਹੀਂ ਮੰਨਣਾ ਚਾਹੀਦਾ, ਨਹੀਂ ਪ੍ਰਵਾਨ ਉਸ ਨੂੰ ਕਰਨਾ ਚਾਹੀਦਾ। ਸਤਿਗੁਰੂ ਨੇ ਸਾਰੇ ਹੀ ਜਵਾਬ ਬਾਣੀ ਵਿੱਚ ਦਿੱਤੇ। ਹੁਣ ਤੁਸੀਂ ਨਾਮ ਜਪਦੇ ਹੋ 7 ਤੋਂ 8, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਨਾਮ ਕਿੱਦਾਂ ਜਪੀਏ? ਇੱਕ ਤਾਂ ਉਹ ਵੀ ਆ ਨਾ, ਕਿਹੜਾ ਭਲਾ ਰਾਮ ਰਾਮ ਕਰਤਾ ਸਭ ਜੱਗ ਫਿਰ, ਇਹ ਵੀ ਉੱਥੇ ਲਿਖਿਆ ਰਾਮ ਨਾ ਪਾਇਆ। ਤੇ ਇੱਕ ਅਸਲੀ ਨਾਮ ਕਿਹੜਾ ਹੈ? ਜੇ ਪੁੱਛਿਆ ਕਿੱਦਾਂ ਜਪਣਾ ਤਾਂ ਮਹਾਰਾਜ ਨੇ ਝੱਟ ਜਵਾਬ ਦਿੱਤਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਹੁਣ ਸਾਰੀ ਦੁਨੀਆ ਦਾਨ ਪੁੰਨ ਕਰਦੀ ਆ, ਪਰ ਗੁਰਮਤ ਚ ਕੀ ਆ? ਸੇਵਾ। ਸੇਵਾ ਕਿੱਦਾਂ ਕਰਨੀ ਚਾਹੀਦੀ ਹੈ? ਜਿਸ ਕਰਕੇ ਮੈਨੂੰ ਹਉਮੈ ਨਾ ਹੋਵੇ, ਹੰਕਾਰ ਨਾ ਪੈਦਾ ਹੋਵੇ,
ਕਿਉਂਕਿ ਸੰਸਾਰ ਦੇ ਲੋਕ ਕਿੱਦਾਂ ਸੇਵਾ ਕਰਦੇ ਨੇ, ਜਿਨ੍ਹਾਂ ਬਾਰੇ ਬਾਣੀ ਕਹਿੰਦੀ ਹੈ ਦੇ ਮੰਗੇ ਸਹਿਸਾ ਗੁਣ ਸੋਭ ਕਰੇ ਸੰਸਾਰ। ਸੇਵਾ ਕਰਕੇ ਮਨ ਦੇ ਵਿੱਚ ਇਹ ਹਉਮੈ ਰੱਖਣੀ ਵੀ ਮੇਰਾ ਨਾਂ ਬਣੇ, ਇਹ ਇੱਛਾ ਨਹੀਂ ਕਰਨੀ ਚਾਹੀਦੀ। ਸੁਤੇ ਸਿੱਧੀ ਉਸਤਤ ਹੋਵੇਗੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ। ਤਾਂ ਮਹਾਰਾਜ ਕਹਿੰਦੇ ਸੇਵਾ ਕਿੱਦਾਂ ਕਰਨੀ, ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਪ੍ਰਾਪਤ ਹੋਤ ਸੁਭਾਵੀ। ਪਾਠ ਕਿੱਦਾਂ ਪੜ੍ਹਨਾ ਇਹ ਵੀ ਜਵਾਬ ਦਿੱਤਾ ਹੈ ਮਹਾਰਾਜ ਜੀ ਨੇ ਵੀ ਪਾਠ ਕਿੱਦਾਂ ਕਰਨਾ ਚਾਹੀਦਾ ਹੈ, ਬਾਣੀ ਕਿੱਦਾਂ ਪੜ੍ਹਨੀ ਚਾਹੀਦੀ ਹੈ, ਇਹ ਵੀ ਜਵਾਬ ਦਿੱਤੇ ਨੇ। ਪਰ ਜਦੋਂ ਅਸੀਂ ਗੁਰੂ ਦੀ ਮੱਤ ਤੋਂ ਬਾਹਰ ਹੋ ਕੇ ਨਿਰੀਆਂ ਐਵੇਂ ਫੋਕੀਆਂ ਗੱਲਾਂ ਹੀ ਕਰਦੇ ਹਾਂ, ਉਹਦਾ ਕੋਈ ਬਹੁਤਾ ਲਾਭ ਨਹੀਂ ਪ੍ਰਾਪਤ ਹੁੰਦਾ। ਤੁਸੀਂ ਇੱਕ ਘਟਨਾ ਸੁਣੀ ਹੋਊਗੀ, ਕਹਿ ਕੇ ਸਮਾਪਤੀ ਕਰਾਂ। ਸਾਊਦੀ ਅਰਬ ਦੇ ਵਿੱਚ ਇੱਕ ਲਿਬਰੇਜ਼ ਨਾਂ ਦਾ ਇਨਸਾਨ ਚਲੇ ਗਿਆ, ਆਦਮੀ ਚਲੇ ਗਿਆ ਯੂਰਪ ਦੇ ਵਿੱਚ। ਇੰਨਾ ਪਸੰਦ ਆਇਆ ਉੱਥੋਂ ਦਾ ਹੀ ਹੋ ਕੇ ਰਹਿ ਗਿਆ, 20-22 ਸਾਲ ਲਗਾਤਾਰ ਰਿਹਾ। ਫਿਰ ਇੱਕ ਵਾਰੀ ਉਹਦੇ ਸੱਜਣ ਕਹਿਣ ਲੱਗੇ ਸਾਊਦੀ ਅਰਬ ਦੇ ਲੋਕ ਵੀ ਸਾਨੂੰ ਆਪਦਾ ਦੇਸ਼ ਹੀ ਦਿਖਾ, ਲੋਕ ਤੇ ਮਰਦੇ ਫਿਰਦੇ ਉੱਥੇ ਜਾਣ ਨੂੰ, ਤੂੰ ਇੱਥੇ ਧੱਕੇ ਖਾਂਦਾ, ਅੱਜ ਤੇ ਚਲੋ ਬੜੀ ਤਰੱਕੀ ਪੁਰਾਣੀਆਂ ਗੱਲਾਂ ਨੇ। ਉਹ ਚਲੇ ਗਿਆ, ਉਹ ਕਹਿੰਦਾ ਚਲੋ ਮੈਂ ਲੈ ਕੇ ਜਾਣਾ। ਉਹ ਲੈ ਕੇ ਆਇਆ ਜੀ ਇੱਥੇ, ਜਿਹੜੇ ਹੋਟਲ ਵਿੱਚ ਠਹਿਰੇ ਨਾ ਉਹ ਜਿਹੜੇ 4-5 ਸੱਜਣ ਸਾਊਦੀ ਅਰਬ ਚ ਉਹਦੇ ਨਾਲ ਆਏ ਸੀ, ਉਹ ਵਾਸ਼ਰੂਮ ਦੇ ਵਿੱਚੋਂ ਬਾਹਰ ਹੀ ਨਾ ਨਿਕਲ, 2-2 ਘੰਟੇ ਵਾਸ਼ਰੂਮ ਚ ਬੈਠੇ। ਉਹ ਬੜਾ ਹੈਰਾਨ ਵੀ ਇਹ ਕੀ ਗੱਲ ਹੋ ਗਈ, ਇਹਨਾਂ ਨੂੰ ਹੋਟਲ ਪਸੰਦ ਨਹੀਂ। ਚਲੋ ਉਹਨੇ ਤਗੜੇ ਹੋ ਕੇ ਕੱਢੇ ਵੀ ਭਰਾ ਨਿਕਲ ਆਓ ਬਾਹਰ, ਬਾਹਰ ਨਿਕਲ ਆਏ। ਉਹ ਦਿਖਾਉਣ ਗਿਆ, ਉਹ ਤੁਹਾਨੂੰ ਪਤਾ ਉੱਥੇ ਇੱਕ ਟਾਵਰ ਬਣਿਆ ਹੈ ਲੋਹੇ ਦਾ ਕੋਈ ਵੱਡਾ ਲੰਮਾ, ਉਹਨੂੰ ਦੇਖਣ ਜਾਂਦੇ ਹੋਣਗੇ ਲੋਕ, ਜਵਾਨੀ ਦੇ ਵਿੱਚ ਰੰਗ ਰੰਗਲੀਆਂ ਮਨਾਉਂਦੇ ਹੋਣਗੇ। ਤੇ ਉਹਨੂੰ ਦੇਖਣ ਦਿਖਾਇਆ, ਸਾਰਾ ਪੈਰਿਸ ਘੁਮਾਇਆ, ਪਰ ਉਹ ਕਾਹਲੀ ਜੀ ਕਰੀ ਜਾਣ ਵੀ ਨਹੀਂ ਚੱਲੀਏ ਨਹੀਂ ਚੱਲੀਏ। ਉਹ ਕਹਿੰਦਾ ਕਿੱਥੇ ਚੱਲੀਏ? ਕਹਿੰਦਾ ਹੋਟਲ 'ਚ ਚੱਲੀਏ। ਹੋਟਲ 'ਚ ਕੀ ਆ ਵੀ, ਹੋਟਲ 'ਚ ਕਿਹੜੀ ਬੁਲਾਵ ਆ ਜਿਹੜੀ ਉੱਥੇ ਤੁਸੀਂ ਦੇਖਣੀ ਹੈ? ਉਹ ਜਦੋਂ ਲੈ ਕੇ ਆਇਆ ਤੇ ਫਿਰ ਉਹ ਵਾਸ਼ਰੂਮ 'ਚ ਬਹਿ ਕੇ ਜਾ ਕੇ ਫਿਰ 2 ਘੰਟੇ ਪਾਰ, ਕਿਸੇ ਦੇ 3 ਘੰਟੇ ਪਾਰ, ਹਾਰ ਕੇ ਉਹਨੇ ਖੜਕਾ ਕੇ ਦਰਵਾਜ਼ਾ ਖੁਲਾ ਕੇ ਵੇਖਿਆ ਤੇ ਸਾਰੇ ਟੂੜੀ ਥੱਲੇ ਬੈਠੇ। ਕਿਉਂ, ਸਾਊਦੀ ਅਰਬ 'ਚ ਇਹ ਬੜੀ ਵੱਡੀ ਗੱਲ ਸੀ, ਪਾਣੀ ਨੂੰ ਕੱਢਣਾ ਬੜਾ ਮੁਸ਼ਕਲ ਸੀ, ਪਾਣੀ ਪ੍ਰਾਪਤ ਕਰਨਾ ਇੰਨਾ ਮੁਸ਼ਕਲ ਸੀ, ਇੱਥੇ ਕੀ ਸੀ, ਮਾੜੀ ਜੀ ਟੂੜੀ ਨੂੰ ਗੇੜਾ ਦਿਓ ਤੇ ਪਾਣੀ ਚੱਟ ਆ ਜਾਓ। ਉਹਨਾਂ ਨੂੰ ਸਾਰਾ ਪੈਰਿਸ ਨਹੀਂ ਪਸੰਦ ਆਇਆ, ਪਰ ਪਾਣੀ ਦੀਆਂ ਟੂਟੀਆਂ ਜ਼ਰੂਰ ਪਸੰਦ ਆਇਆ। ਚਲੋ ਵਾਪਸੀ ਦੇ ਦਿਨ ਆਏ ਵੀ ਚੱਲੀਏ, ਤੁਰਨ ਲੱਗੇ ਤੇ ਉਹ ਫੇਰ ਗਾਇਬ। ਅਣਜਾਣ ਬੰਦੇ, ਅਣਜਾਣ ਦੇਸ਼, ਭਾਸ਼ਾ ਆਉਂਦੀ ਨੀ ਉਹਨੂੰ, ਤੇ ਫਿਕਰ ਪੈ ਗਿਆ ਵੀ ਮਾਰੇ ਗਏ ਲੁੱਟੇ ਗਏ ਖਤਮ ਕਹਾਣੀ। ਤਾਂ ਉਸ ਸਮੇਂ ਫਿਰ ਉਹਨੇ ਜਦੋਂ ਦੇਖਿਆ ਤੇ ਕੀ ਦੇਖਿਆ, ਉਹ ਵਾਸ਼ਰੂਮ 'ਚ ਜਾ ਕੇ ਟੂਟੀਆਂ ਪੁੱਟਦੇ ਪਏ। ਉਹ ਕਹਿੰਦਾ ਤੁਹਾਡਾ ਬੇੜਾ ਗਰਕ ਜੇ, ਇਹ ਟੂਟੀ ਪੁੱਟੀਆਂ ਕੁਝ ਨਹੀਂ ਹੋਣਾ। ਉਹ ਕਹਿੰਦੇ ਨਹੀਂ, ਇਹ ਸ਼ਕਤੀ ਵਾਲੀ ਟੂਟੀ ਆ, ਇਹਦੇ ਵਿੱਚ ਬੜੀ ਕਰਾਮਾਤ, ਮਾੜਾ ਜਿਹਾ ਬਸ ਐਂ ਕਰੋ ਤੇ ਪਾਣੀ ਪ੍ਰਗਟ ਹੋ ਜਾਂਦਾ। ਇਹ ਕਰਕੇ ਟੂਟੀ ਅਸੀਂ ਉੱਥੇ ਲੈ ਕੇ ਜਾਣੀ ਤੇ ਐਂ ਕਰਕੇ ਵਿਖਾਉਣਾ। ਉਹ ਕਹਿੰਦਾ ਬੇਵਕੂਫੋ, ਇਹਦੇ ਪਿੱਛੇ ਬੜਾ ਵੱਡਾ ਜਾਲ, ਜਾਲ ਦੇ ਪਿੱਛੇ ਬੜਾ ਵੱਡਾ ਸੋਮਾ ਵਾ, ਸਮੁੰਦਰ ਆ,
ਪਾਣੀ ਦਾ ਮਹਾ ਸੋਮਾ ਵਾ। ਇਸੇ ਤਰ੍ਹਾਂ ਜਿੰਨੀਆਂ ਗੱਲਾਂ ਬਾਤਾਂ ਨੇ ਨਾ, ਇਹ ਸਿਰਫ ਕਿਤਾਬੀ ਜਿਹੜਾ ਗਿਆਨ ਆ ਨਾ, ਇਹ ਟੂਟੀਆਂ ਦੇਈ ਫਿਰਦੇ ਕੱਛਾਂ ਦੇ ਵਿੱਚ ਵੀ ਸ਼ਾਇਦ ਮਰੋੜਿਆਂ ਗੱਲ ਬਣ ਜਾਏਗੀ, ਪਰ ਜਿਹੜੀ ਪਿੱਛੋਂ ਗੱਲ ਆ ਰਹੀ ਆ ਨਾ, ਜਿੱਥੋਂ ਇਹ ਪ੍ਰਗਟ ਹੋ ਰਿਹਾ ਵਾ, ਜਿੰਨਾ ਚਿਰ ਉਹਦੇ ਨਾਲ ਨਹੀਂ ਜੁੜਦੇ, ਇਹ ਤੋਂ ਵੱਧ ਕੁਝ ਨਹੀਂ ਪ੍ਰਾਪਤ ਹੁੰਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਵ ਸਮਾਪਤੀ ਕਰੀਏ ਜੀ, ਸਤਿਗੁਰੂ ਕਿਰਪਾ ਕਰਨ, ਦੋ ਪੰਕਤੀਆਂ ਸ਼੍ਰਵਣ ਕਰੀਏ ਜੀ। ਸ੍ਰੀ ਨਾਨਕ ਕਰਤਾਰ ਕੇਰ ਇਹ ਭਾਣਾ, ਜੰਮਣ ਮਰਨਾ ਸੀਸ ਅਸੇਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।